ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜਿੱਪ ਬਾਰੇ, ਵੀ ਜਿੱਪ ਆਪਾਂ ਨੇ ਕਿਸ ਤਰ੍ਹਾਂ ਲਗਾਉਣੀ ਆ। ਬਾਈ ਚਾਂਸ ਜਿਵੇਂ ਆਪਣੇ ਕੋਲੇ ਦੇਖੋ ਸ਼ਰਟਾਂ ਹੁੰਦੀਆਂ ਨੇ ਕਈ, ਹੋਣਾ ਵੀ ਜੇ ਬਾਈ ਚਾਂਸ ਆਪਾਂ ਨੂੰ ਬਾਅਦ 'ਚ ਆਇਆ ਹੁੰਦਾ ਵੀ ਆਪਾਂ ਜੇ ਜਿੱਪ ਲਗਾ ਲੈਂਦੇ ਤਾਂ ਤੁਸੀਂ ਕਿਸ ਤਰ੍ਹਾਂ ਲਗਾ ਸਕਦੇ ਹੋ। ਸਿਰਫ ਮੰਨ ਲਓ ਜੇ ਤੁਹਾਡੀ ਸ਼ਰਟ ਸਟਿਚ ਹੋਈ ਹੋਈ ਆ ਤਾਂ ਤੁਹਾਨੂੰ ਕੀ ਹੋ ਗਈ, ਆ ਜਿਹੜੀ ਗਲੇ ਦੇ ਉੱਪਰ ਲੀਰ ਲਗਾਉਣੇ ਨੇ ਆਪਾਂ ਅੰਦਰ ਫੋਲਡਿੰਗ ਵਾਸਤੇ, ਤੁਹਾਨੂੰ ਇਹ ਵਾਲੀ ਪੱਟਣੀ ਪਊਗੀ, ਹੋਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਜੇ ਤੁਸੀਂ ਇੱਥੋਂ ਜਿੱਪ ਪ੍ਰੋਪਰ ਲਾਉਣੀ ਆ। ਚਾਂਸ ਜੇ ਤੁਸੀਂ ਨੇ ਆਹ ਚੀਜ਼ ਉੱਪਰ ਤੋਂ ਨਹੀਂ ਵੀ ਲੈ ਕੇ ਜਾਣੀ, ਮੰਨ ਲਓ ਜਿੱਪ ਆਪਣੇ ਗਲੇ ਕੋਲੋਂ ਤੁਸੀਂ ਇੱਥੋਂ ਪੱਟਣੀ ਨਹੀਂ ਵੀ ਹੈਗੀ, ਤਾਂ ਤੁਸੀਂ ਇੱਥੋਂ ਵੀ ਤੁਹਾਨੂੰ ਦੋਨਾਂ ਸਾਈਡਾਂ ਤੋਂ ਕੀ ਕਰਨਾ ਪਊਗਾ, ਆਪਾਂ ਨੂੰ ਚੌਰਸ ਕੱਪੜਾ ਲਗਾ ਕੇ ਲੀਰ ਨਾਲ ਉਲਟਾਉਣਾ ਪਊਗਾ। ਵੀ ਜੇ ਤੁਸੀਂ ਜਿੱਪ ਨੂੰ ਉੱਪਰ ਤੱਕ ਨਹੀਂ ਲੈ ਕੇ ਜਾਣਾ, ਜੇ ਤੁਸੀਂ ਜਿੱਪ ਨੂੰ ਪ੍ਰੋਪਰ ਉੱਪਰ ਤੱਕ ਲੈ ਕੇ ਜਾਣਾ ਗਾ ਤਾਂ ਤੁਹਾਨੂੰ ਗਲੇ ਦੀ ਜਿਹੜੀ ਲੀਰ ਆ ਗਈ ਉਹ ਪੱਟਣੀ ਪਊਗੀ। ਆਪਾਂ ਦੇਖੋ ਇਹ ਨਵਾਂ ਸੂਟ ਸਟਿਚ ਕੀਤਾ ਗਾ, ਆਪਾਂ ਇਹਦੇ ਜਿੱਪ ਲਾਉਣ ਵਾਲੀ ਛੱਡੀ ਸੀ ਕਿਉਂਕਿ ਆਪਣੇ ਤੁਹਾਨੂੰ ਦੱਸਣਾ ਸੀ ਵੀ ਜਿੱਪ ਆਪਾਂ ਇਹਦੀ ਕਿਸ ਤਰ੍ਹਾਂ ਲਗਾਈਏ। ਤਾਂ ਦੇਖੋ ਆਹ ਆਪਣੇ ਕੋਲ ਜਿੱਪ ਦਿੱਤੀ ਹੋਈ ਹੈ, ਇਹਦੇ ਵਿੱਚ ਲੋਕ ਆਟੋਮੈਟਿਕ ਜਿੱਪਾਂ ਦੇ ਵਿੱਚ ਅੱਜ ਕੱਲ੍ਹ ਚੱਲ ਰਹੇ ਨੇ, ਦੇਖੋ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਵੀ ਪਿੱਛੇ ਆਪਾਂ ਨੂੰ ਹਾਈ ਵਗੈਰਾ ਜਾਂ ਹੁੱਕ ਵਗੈਰਾ ਕੋਈ ਲਗਾਉਣੀ ਪਊਗੀ। ਇਹਦੇ ਪ੍ਰੋਪਰ ਫਿਲਹਾਲ ਦੇਖੋ ਲੋਕ ਲੱਗਿਆ ਹੁੰਦਾ ਜਿੱਪ ਦੇ ਉੱਪਰ, ਤੁਸੀਂ ਕਿਸ ਤਰ੍ਹਾਂ ਮਰਜ਼ੀ ਇਹਨੂੰ ਖਿੱਚ ਜਾਓ, ਜਿੱਪ ਇਹ ਬਿਲਕੁਲ ਵੀ ਖਿੱਚੀ ਨਹੀਂ ਜਾਂਦੀ ਹੈਗੀ ਨਾ ਹੀ ਖੁੱਲੇ ਇਹ। ਤੇ ਆਪਾਂ ਸਭ ਤੋਂ ਪਹਿਲਾਂ ਇਹਨੂੰ ਕੱਪੜੇ ਦੇ ਉੱਪਰ ਫਿਕਸ ਕਰਾਂਗੇ, ਫਿਰ ਤੁਹਾਨੂੰ ਆਪਾਂ ਇਹਦੇ ਤੇ ਦੱਸਾਂਗੇ ਵੀ ਕਿਸ ਤਰ੍ਹਾਂ ਤੁਸੀਂ ਇੱਥੋਂ ਨੀਚੇ ਤੋਂ ਚੌਰਸ ਬਣਾ ਕੇ ਕਿਸ ਤਰ੍ਹਾਂ ਕੱਪੜੇ ਨੂੰ ਉਲਟਾ ਕੇ ਜਿੱਪ ਨੂੰ ਫਿਨਿਸ਼ਿੰਗ ਦਿਓਗੇ। ਸਭ ਤੋਂ ਪਹਿਲਾਂ ਆਪਾਂ ਜਿੱਪ ਨੂੰ ਲਗਾਉਣਾ ਗਾ, ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਪਤਾ ਚੱਲੂਗਾ ਵੀ ਤੁਸੀਂ ਜਿੱਪ ਨੂੰ ਕਿਸ ਤਰ੍ਹਾਂ ਲਗਾਇਆ। ਤੇ ਆਪਣੇ ਇੱਕ ਦੂਜਾ ਇਹਦਾ ਮੇਨ ਇਹ ਚੀਜ਼ ਹੋਊਗੀ, ਕਈ ਵਾਰ ਜੇ ਆਪਾਂ ਨੇ ਪੂਰੀ ਫਿਟਿੰਗ ਵਾਲੀ ਸ਼ਰਟ ਬਣਾਈ ਆ ਤਾਂ ਉਹਦੇ ਆਪਾਂ ਨੂੰ ਜਿੱਪ ਦੀ ਜ਼ਰੂਰਤ ਹੁੰਦੀ ਆ। ਦੇਖੋ ਜੇ ਆਪਣੇ ਮੰਨ ਲਓ ਬਾਈ ਚਾਂਸ ਜਿੱਪ ਵਗੈਰਾ ਨਹੀਂ ਵੀ ਲਗਾਈ ਤਾਂ ਕੀ ਹੁੰਦਾ, ਆਪਣੇ ਜਿਹੜੇ ਪਲੇਟਾਂ ਵਗੈਰਾ ਹੁੰਦੀਆਂ ਨੇ ਇਹ ਦੇਖੋ ਛਿੱਜ ਜਾਂਦੀਆਂ ਨੇ ਪਹਿਨਣ ਵੇਲੇ, ਤਾਂ ਤੁਸੀਂ ਜਿੱਪ ਨੂੰ ਆਰਾਮ ਨਾਲ ਖੋਲ ਕੇ ਸ਼ਰਟ ਕੰਫਰਟੇਬਲ ਆਪਣਾ ਉਹ ਕਰ ਸਕਦੇ ਹੋਗੇ। ਤਾਂ ਆਪਾਂ ਤੁਹਾਨੂੰ ਜਿੱਪ ਬਾਰੇ ਦੱਸਣਾਗਾ, ਵੀਡੀਓ ਨੂੰ ਜ਼ਰੂਰ ਦੇਖਿਓ। ਆਪਾਂ ਹੁਣ ਜਿੱਪ ਲਗਾਉਣੀ ਇਹਦੀ ਸ਼ੁਰੂ ਕਰਦੇ ਹਾਂ ਵੀ ਕਿਸ ਤਰ੍ਹਾਂ ਤੁਸੀਂ ਇਹਨੂੰ ਜਿੱਪ ਨੂੰ ਲਗਾਓਗੇ। ਆਪਣੇ ਕੋਲੇ ਕੱਪੜਾ ਗਾ ਇਹਦੇ ਨਾਲ ਦਾ, ਸ਼ਰਟ ਨਾਲ ਦਾ, ਆਪਣੇ ਦੋ ਲੀਰਾਂ ਤਾਰਨੀਆਂ ਨੇ ਇਹਦੀਆਂ। ਸਭ ਤੋਂ ਪਹਿਲਾਂ ਜਿੱਪ ਦੀ ਲੰਬਾਈ ਤੁਸੀਂ ਕਿੰਨੀ ਰੱਖ ਸਕਦੇ ਹੋ, ਆਪਾਂ ਜਿੱਪ ਦੀ ਲੰਬਾਈ 11-12 ਇੰਚ ਰੱਖ ਸਕਦੇ ਹਾਂ, ਬਾਕੀ ਤੁਸੀਂ ਹਾਈਟ ਦੇ ਹਿਸਾਬ ਨਾਲ ਵੀ ਰੱਖ ਸਕਦੇ ਹੋ। ਜਿੰਨੀ ਹਾਈਟ ਕਈ ਵਾਰ ਜ਼ਿਆਦਾ ਘੱਟ ਹਾਈਟ ਹੁੰਦੀ ਆ, ਆਪਾਂ ਜਿੱਪ ਲੰਬੀ ਲਗਾ ਦਿੰਦੇ ਹਾਂ, ਦੇਖੋ ਉਹ ਵੀ ਨਹੀਂ ਅੱਛੀ ਲੱਗਦੀ। ਤੁਸੀਂ ਜ਼ਿਆਦਾਤਰ ਕੀ ਕਰੋਗੇ, ਜਿਸ ਤਰ੍ਹਾਂ ਮੰਨ ਲਓ ਸ਼ਰਟ ਦੀਆਂ ਪਲੇਟਾਂ ਦਿੱਤੀਆਂ ਹੋਈਆਂ ਨੇ, ਤੁਸੀਂ ਪਲੇਟਾਂ ਦੇ ਬਿਲਕੁਲ ਜਿਹੜਾ ਪਿੱਛੇ ਵਾਲੀਆਂ ਪਲੇਟਾਂ ਹੋਣਗੀਆਂ ਉਹਦੇ ਬਰਾਬਰ ਵੀ ਪਾ ਸਕਦੇ ਹੋ, 1-1.5 ਇੰਚ ਉੱਪਰ ਨੀਚੇ ਵੀ ਕਰ ਸਕਦੇ ਹੋ। ਜ਼ਿਆਦਾ ਲੰਬੀ ਜਿੱਪ ਅੱਛੀ ਨਹੀਂ ਲੱਗਦੀ ਹੈਗੀ, ਇਹ ਆਮ ਇਹਨਾਂ ਦੀ ਲੈਂਥ ਆਪਾਂ 11-12 ਦੇ ਵਿੱਚ ਹੀ ਲਗਾ ਸਕਦੇ ਹਾਂਗੇ। ਦੇਖੋ ਇੰਨੀ ਜਿੱਪ, ਮੈਂ ਉਸੇ ਹਿਸਾਬ ਦੇ ਨਾਲ ਦੇਖੋ ਆਹ ਕੱਪੜਾ ਲੈਤਾ ਗਾ, ਇਹਦੀ ਮੈਂ ਕਟਿੰਗ ਕਰੂੰਗੀ। ਦੇਖੋ ਤੁਸੀਂ ਇਹ ਜਿਹੜਾ ਕੱਪੜਾ ਹੋਊਗਾ, ਘੱਟੋ ਘੱਟ ਜਿੱਪ ਨੂੰ ਲਾਉਣ ਵਾਸਤੇ ਤੁਸੀਂ 3-3.5 ਇੰਚ ਦਾ ਕੱਪੜਾ ਲੈ ਲਓਗੇ। ਲਗਾਉਣੀ ਦੱਸਦੇ ਹਾਂ ਵੀ ਆਪਾਂ ਕਿਸ ਤਰ੍ਹਾਂ ਜਿੱਪ ਲਗਾਉਣੀ ਆ। ਆਹ ਦੇਖੋ ਆਪਣੇ ਕੋਲ ਸਿੰਗਲ ਪੈਰ ਆ, ਇਹ ਆਪਣੀ ਅੰਦਰਲੀ ਸਾਈਡ ਵਾਲਾ ਪੈਰ ਆ, ਦੇਖੋ ਆਹ ਚੀਜ਼ ਆਪਣੇ ਅੰਦਰਲੀ ਸਾਈਡ ਵਾਲਾ। ਇਹ ਦੋ ਤਰ੍ਹਾਂ ਦੇ ਪੈਰ ਆਉਂਦੇ, ਇੱਕ ਬਾਹਰਲੀ ਸਾਈਡ ਵੀ ਹੁੰਦੀ ਆ, ਆਪਾਂ ਫਿਲਹਾਲ ਅੰਦਰਲੀ ਸਾਈਡ ਨਾਲ ਆਪਾਂ ਇਹ ਲਗਾਵਾਂਗੇ। ਆਪਾਂ ਇਸ ਤਰ੍ਹਾਂ ਇਹਨੂੰ ਪੈਰ ਨੂੰ ਚੰਗੀ ਤਰ੍ਹਾਂ ਕੱਸ ਲਾਂਗੇ। ਦੇਖੋ ਪੈਰ ਨੂੰ ਕਈ ਵਾਰ ਨਾ ਲੂਜ਼ ਰਹਿ ਜਾਂਦਾ, ਸੂਈ ਟੁੱਟਣ ਦਾ ਵੀ ਡਰ ਰਹਿੰਦਾ ਗਾ, ਤੁਸੀਂ ਨੇ ਚੰਗੀ ਤਰ੍ਹਾਂ ਪੈਰ ਨੂੰ ਕੱਸ ਲੈਣਾ ਗਾ। ਦੇਖੋ ਆਪਣੇ ਆਹ ਜਿੱਪ ਆ ਗਈ, ਕੱਪੜਾ ਹੈਗਾ ਆਪਣੇ ਕੋਲੇ, ਇਹ ਆਪਣੇ ਸਿੱਧਾ ਕੱਪੜਾ ਰੱਖਿਆ, ਦੇਖੋ ਉਲਟੀ ਸਾਈਡ ਨਹੀਂ ਰੱਖਣੀ ਇਹਦੀ ਕੱਪੜੇ ਦੀ, ਆਪਣੇ ਸਿੱਧੀ ਸਾਈਡ ਰੱਖੀ ਹੈ। ਦੇਖੋ ਇਹਦੀ ਹੁਣ ਸਿੱਧਾ ਬਹੁਤ ਜ਼ਿਆਦਾ ਫਰਕ ਆ। ਦੇਖੋ ਆਪਾਂ ਸ਼ਰਟ ਦੇ ਨਾਲ ਵੀ ਤੁਸੀਂ ਇਸ ਤਰ੍ਹਾਂ ਮੈਚਿੰਗ ਕਰ ਸਕਦੇ ਹੋ, ਕਈ ਵਾਰੀ ਭੁਲੇਖੇ ਨਾਲ ਤੁਸੀਂ ਉਲਟੇ ਸਾਈਡ ਲਗਾ ਸਕਦੇ ਹੋਗੇ। ਤਾਂ ਮੈਂ ਦੇਖੋ ਇਹਦਾ ਸਿੱਧਾ ਪਾਸਾ ਰੱਖੂੰਗੀ, ਇਸ ਤਰ੍ਹਾਂ ਆਪਣੇ ਜਿੱਪ ਰੱਖਣੀ ਆ। ਜਿਹੜਾ ਲੋਕ ਹੋਊਗਾ ਦੇਖੋ ਇਹ ਆਪਾਂ ਨੇ ਨਿਚਲੀ ਸਾਈਡ ਤੇ ਰੱਖਣਾ ਹੋਊਗਾ, ਮੰਨ ਲਓ ਆਹ ਚੀਜ਼ ਆਪਣੀ, ਆਪਾਂ ਜਿੱਪ ਨੂੰ ਇਸ ਤਰ੍ਹਾਂ ਖੋਲ ਲਾਂਗੇ, ਆਪਾਂ ਇਸ ਤਰੀਕੇ ਨਾਲ ਜਿੱਪ ਜੜਨੀ ਆ। ਸਭ ਤੋਂ ਪਹਿਲਾਂ ਦੇਖੋ ਆਪਾਂ ਆਹ ਵਾਲਾ ਪੱਲਾ ਚੱਕਾਂਗੇ ਤਾਂ ਜਿੱਪ ਦਾ। ਹੁਣ ਤੁਹਾਨੂੰ ਦੇਖੋ ਜਿਹੜੀ ਆਪਣੇ ਪ੍ਰੈਸ ਮਾਰੀ ਸੀ ਉਹਦੇ ਨਾਲ ਆਪਾਂ ਨੂੰ ਕੀ ਈਜ਼ੀ ਹੋ ਗਿਆ, ਤੁਹਾਨੂੰ ਆਹ ਚੀਜ਼ ਨੂੰ ਇਸ ਤਰ੍ਹਾਂ ਕਰਨਾ ਨਹੀਂ ਪਊਗਾ ਕਿ ਆਪਾਂ ਨੇ ਇਹਦੇ ਵਿਚਕਾਰ ਸਿਲਾਈ ਲਗਾਉਣੀ ਆ। ਇਹ ਆਟੋਮੈਟਿਕ ਦੇਖੋ ਸਿੱਧਾ ਹੋਇਆ ਪਿਆ ਗਾ, ਤਾਂ ਦੇਖੋ ਮੈਨੂੰ ਇਸ ਤਰ੍ਹਾਂ ਪੈਰ ਨੂੰ ਰੱਖ ਲੂੰਗੀ, ਤਾਂ ਤੁਸੀਂ ਜਿੱਪ ਨੂੰ ਆਸਾਨੀ ਨਾਲ ਦੇਖ ਇਸ ਤਰ੍ਹਾਂ ਕਰ ਲਓਗੇ। ਆਹ ਚੀਜ਼ ਨੂੰ ਸਿਰਫ ਤੁਹਾਨੂੰ ਨੋਰਮਲ ਜਿਹਾ ਹੱਥ ਲਗਾਉਣਾ ਪਊਗਾ,
ਕਿਉਂਕਿ ਜਿਹਦੇ ਨਾਲ ਆਪਣਾ ਜਿਹੜਾ ਬਖਾ ਬਿਲਕੁਲ ਇਹਦੇ ਵਿੱਚ ਲੱਗੇ। ਤਾਂ ਆਪਾਂ ਜਿੱਪ ਨੂੰ ਜਦੋਂ ਬੰਦ ਕਰਾਂਗੇ ਤਾਂ ਆਪਣੀ ਬਿਲਕੁਲ ਵੀ ਜਿੱਪ ਨਜ਼ਰ ਨਹੀਂ ਆਊਗੀ। ਹਾਂਜੀ, ਜੇ ਆਪਾਂ ਮੰਨ ਲਓ ਜੇ ਆਪਾਂ ਪ੍ਰੈਸ ਨਹੀਂ ਵੀ ਕਰਦੇ ਸੀ ਤਾਂ ਆਪਾਂ ਨੂੰ ਇਸ ਤਰ੍ਹਾਂ ਖਿੱਚ ਖਿੱਚ ਕੇ ਇਹਦੇ ਵਿੱਚ ਸਿਲਾਈ ਲਾਉਣੀ ਪੈਂਦੀ ਸੀ। ਕੀ ਹੁੰਦਾ, ਕਈ ਵਾਰ ਤਾਂ ਆਪਣੇ ਉਂਗਲ ਵਗੈਰਾ ਤੇ ਵੀ ਸੂਈ ਲੱਗ ਜਾਂਦੀ ਹੈ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਕਰਦੇ ਰਹਿੰਦੇ ਹਾਂ। ਤਾਂ ਹੁਣ ਆਪਾਂ ਨੂੰ ਨੋਰਮਲ ਕੁਛ ਨਹੀਂ ਕਰਨੀ ਲੋੜ, ਬਸ ਸਿਰਫ ਆਪਾਂ ਨੂੰ ਇਸ ਤਰ੍ਹਾਂ ਰੱਖਣਾ ਪਊਗਾ ਹਲਕਾ ਜਿਹਾ। ਆਪਾਂ ਨੇ ਇਸ ਤਰ੍ਹਾਂ ਦੋਨੇ ਪਾਸੇ ਤੋਂ ਜਰ ਲਾਂਗੇ। ਦੇਖੋ ਜਿਹੜੀ ਆਪਣੀ ਆਹ ਚੀਜ਼ ਆ, ਦੇਖੋ ਬਿਲਕੁਲ ਇਹਦੇ ਨਾਲ ਨਾਲ ਆਈ ਆ, ਪਰ ਆਪਾਂ ਜਦੋਂ ਜਿੱਪ ਨੂੰ ਬੰਦ ਕਰਾਂਗੇ ਤਾਂ ਬਿਲਕੁਲ ਆਪਾਂ ਨੂੰ ਜਿੱਪ ਨਜ਼ਰ ਨਹੀਂ ਆਉਣੀ। ਇਸੇ ਤਰੀਕੇ ਨਾਲ ਆਪਾਂ ਦੂਸਰੀ ਸਾਈਡ ਤੇ ਜਿੱਪ ਲਗਾਵਾਂਗੇ। ਹੁਣ ਦੂਸਰੀ ਸਾਈਡ ਤੇ ਕਈ ਵਾਰ ਤੁਹਾਡੇ ਕੋਲ ਕੱਪੜਾ ਕਈ ਵਾਰ ਘੱਟ ਵੱਧ ਹੁੰਦਾ ਜਾਂ ਕਿਵੇਂ ਵੀ ਹੈ, ਤੁਸੀਂ ਇਸ ਤਰ੍ਹਾਂ ਇੱਕ ਵਾਰੀ ਨਾਪ ਕੇ ਰੱਖ ਲਓਗੇ ਉੱਪਰੋਂ ਵੀ ਆਪਣੀ ਆਹ ਚੀਜ਼ ਉੱਪਰ ਜਾਂ ਨੀਚੇ ਵੱਲ ਵਧੇ ਨਾ। ਇਸੇ ਤਰ੍ਹਾਂ ਆਪਾਂ ਇਧਰਲੀ ਸਾਈਡ ਤੇ ਵੀ ਰੱਖਾਂਗੇ। ਤਾਂ ਆਪਾਂ ਦੂਸਰੀ ਇੱਕ ਸਾਈਡ ਤੋਂ, ਤਾਂ ਆਪਾਂ ਇਧਰਲੀ ਸਾਈਡ ਤੋਂ ਜਿੱਪ ਨੂੰ ਲੈ ਕੇ ਆਉਂਦੇ ਹਾਂ। ਜਦੋਂ ਆਪਾਂ ਦੂਸਰੇ ਪਾਸੇ ਜੜਨਾ ਹੋਊਗਾ, ਜੇ ਤੁਸੀਂ ਪੈਰ ਬਾਰ ਬਾਰ ਨਹੀਂ ਚੇਂਜ ਕਰਨਾ ਤਾਂ ਆਪਾਂ ਨੂੰ ਫਿਰ ਦੂਸਰੀ ਸਾਈਡ ਤੋਂ ਨੀਚੇ ਵੱਲ ਤੋਂ ਲੈ ਕੇ ਉੱਪਰ ਵੱਲ ਨੂੰ ਲੈ ਕੇ ਜਾਣਾ ਪਊਗਾ। ਇਹ ਵੀ ਤੁਸੀਂ ਉਸੇ ਤਰੀਕੇ ਨਾਲ ਹੀ ਲਾਓਗੇ ਜਿਹੜੀ ਸਾਈਡ ਦੂਸਰੇ ਪਾਸੇ ਲਗਾਈ ਹੈਗੀ। ਬਹੁਤ ਹੀ ਆਸਾਨ ਤਰੀਕੇ ਦੇ ਨਾਲ ਜੇ ਤੁਸੀਂ ਪ੍ਰੈਸ ਕਰ ਲਓਗੇ ਤਾਂ ਤੁਹਾਨੂੰ ਕੋਈ ਵੀ ਇਹਦੇ ਵਿੱਚ ਪ੍ਰੋਬਲਮ ਨਹੀਂ ਆਊਗੀ। ਹੁਣ ਦੇਖੋ ਤੁਸੀਂ ਜਿੱਪ ਬੰਦ ਕਰਕੇ ਦਿਖਾਵਾਂਗੇ ਤੁਹਾਨੂੰ ਵੀ ਤੁਸੀਂ ਕਿੰਨੀ ਇਹਦੇ ਨਾਲ ਫਿਨਿਸ਼ਿੰਗ ਆਉਂਦੀ ਆ। ਪ੍ਰੈਸ ਮਾਰਨ ਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਗਾ। ਆਹ ਦੇਖੋ ਆਪਣੀ ਬਿਲਕੁਲ ਵੀ ਜਿੱਪ ਇਹਦੇ ਵਿੱਚ ਨਜ਼ਰ ਨਹੀਂ ਆ ਰਹੀ ਹੈਗੀ। ਆਹ ਦੇਖੋ ਪੂਰਾ ਖਿੱਚ ਖਿੱਚ ਕੇ ਦਿਖਾ ਰਹੀ ਹਾਂ ਤੁਹਾਨੂੰ ਮੈਂ, ਸਾਰੀ ਦੀ ਸਾਰੀ ਆਪਣੀ ਜਿੱਪ ਬਿਲਕੁਲ ਵੀ ਨਜ਼ਰ ਨਹੀਂ ਆ ਰਹੀ। ਦੇਖੋ ਹੁਣ ਕੀ ਕਰਨਾ ਆਪਾਂ ਨੇ, ਜਿੱਪ ਦੇ ਵਿੱਚ ਆਪਾਂ ਨੂੰ ਨਾ ਤਾਂ ਹੁੱਕ ਵਗੈਰਾ ਲਗਾਉਣੀ ਹੈ ਨਾ ਕੁਛ ਵੀ ਲਗਾਉਣਾ। ਆਪਾਂ ਨੂੰ ਜਿੱਪ ਨੂੰ ਉੱਪਰੋਂ ਬੰਦ ਰੱਖਣਾ, ਤੁਸੀਂ ਕਿਸ ਤਰੀਕੇ ਨਾਲ ਕਰੋਗੇ, ਆਪਾਂ ਨੇ ਕੀ ਕਰਨਾ ਆਹ ਉੱਪਰਲੇ ਦੋਨੋਂ ਕੱਪੜੇ ਇਸ ਤਰ੍ਹਾਂ ਉਠਾ ਲਾਂਗੇ। ਤਾਂ ਆਪਾਂ ਨੂੰ ਇਹਨੂੰ ਜੋੜ ਲਾਂਗੇ, ਜਿਹੜਾ ਚੇਨ ਦਿੱਤੀ ਹੋਈ ਹੈ ਦੇਖੋ ਇਹਦੇ ਵਿੱਚ ਆਪਾਂ ਬਿਲਕੁਲ ਇਹਦੇ ਸੈਂਟਰ ਦੇ ਵਿੱਚ ਬਖਾ ਲਗਾਉਣਾ। ਆਹ ਸਾਈਡ ਵੱਲ ਨਹੀਂ ਬਖਾ ਲਗਾਉਣਾ, ਆਪਾਂ ਨੇ ਸਿਰਫ ਆਹ ਕੱਪੜੇ 'ਤੇ ਬਖਾ ਲਗਾਉਣਾ ਗਾ ਜਿਹੜੇ ਉੱਪਰਲੇ ਹੋਣਗੇ। ਇਸ ਤਰੀਕੇ ਨਾਲ ਦੇਖੋ ਆਹ ਜਿੱਪ ਹੈ ਜੀ, ਆਹ ਵਾਲੀ ਜਿੱਪ ਆ ਗਈ। ਆਪਾਂ ਨੇ ਆਹ ਦੋ ਕੱਪੜੇ ਉੱਪਰਲੇ ਉਠਾ ਲਏ, ਇੱਕ ਉੱਧਰਲੀ ਸਾਈਡ ਤੋਂ ਇੱਕ ਉੱਧਰਲੀ ਸਾਈਡ ਤੋਂ। ਜਿਹੜਾ ਆਪਣਾ ਆਹ ਸਿਲਾਈ ਪਹਿਲਾਂ ਲੱਗੀ ਹੋਈ ਆਪਾਂ ਇਸੇ ਸਿਲਾਈ ਦੇ ਵਿੱਚ ਸਿਲਾਈ ਨੂੰ ਲਗਾ ਦਾਂਗੇ। ਇਸ ਤਰ੍ਹਾਂ ਚੇਨ ਨੂੰ ਆਪਸ ਦੇ ਵਿੱਚ ਜੋੜ ਲੈਣਾ ਗਾ। ਕੱਟ ਕਰ ਦਾਂਗੇ, ਇਹ ਦੇਖੋ ਆਪਣਾ ਆਟੋਮੈਟਿਕ ਹੀ ਲੋਕ ਵਾਂਗੂ ਲੋਕ ਹੀ ਲੱਗ ਜੂਗਾ। ਆਪਣੀ ਉੱਪਰ ਤੱਕ ਜਿੱਪ ਨਹੀਂ ਜਾਊਗੀ, ਨਾ ਹੀ ਲੋਕ ਨਿਕਲੂਗਾ, ਪੂਰੀ ਪ੍ਰੋਪਰ ਬੰਦ ਹੋ ਗਈ। ਨਾ ਹੀ ਆਪਾਂ ਨੂੰ ਕੋਈ ਜਦੋਂ ਆਪਾਂ ਇਹਦੇ ਕੋਈ ਕੱਪੜਾ ਲੀਡ ਲਗਾਵਾਂਗੇ ਤਾਂ ਆਪਾਂ ਨੂੰ ਉਹਦੇ ਵਿੱਚ ਨਾ ਹੀ ਉਹਦੇ ਵਿੱਚ ਕੋਈ ਪ੍ਰੋਬਲਮ ਆਵੇ। ਇੱਥੋਂ ਮੈਂ ਆਹ ਚੀਜ਼ ਪੂਰੀ ਪੱਕੀ ਕਰਤੀ, ਇੱਧਰੋਂ ਵੀ ਅਤੇ ਆਹ ਸਾਈਡ ਤੋਂ ਵੀ, ਇੱਧਰੋਂ ਐਂ ਜਿੱਪ ਓਪਨ ਹੋ ਜੂਗੀ। ਦੇਖੋ ਆਪਣੇ ਉੱਪਰ ਪੂਰਾ ਲੋਕ ਦੀ ਤਰ੍ਹਾਂ ਲੋਕ ਲਗਾਤਾ ਫਿਕਸ। ਹੁਣ ਕੀ ਕਰਨਾ ਆਪਾਂ ਨੇ, ਜਿਹੜੀ ਆਪਣੀ ਆ ਚੇਨ ਦਿੱਤੀ ਹੋਈ ਤੁਸੀਂ ਆਹ ਉਲਟੀ ਸਾਈਡ ਕਰਕੇ ਇੱਥੇ ਸਿਲਾਈ ਨਹੀਂ ਲਗਾਉਣੀ, ਮੈਂ ਇਸ ਤਰ੍ਹਾਂ ਸਿਲਾਈ ਲਗਾਉਂਗੀ। ਮੰਨ ਲਓ ਆਪਣਾ ਜਿੱਪ ਤੋਂ ਨੀਚੇ ਵੀ ਨਾ ਸਿਲਾਈ ਉਤਰੇ ਤੇ ਜ਼ਿਆਦਾ ਸਿਲਾਈ ਇੱਧਰ ਵੀ ਨਾ ਨਜ਼ਰ ਆਵੇ ਕਿ ਆਪਾਂ ਨੂੰ ਜਦੋਂ ਆਪਾਂ ਜਿੱਪ ਲਗਾਤੀ ਵੀ ਉਹ ਅਜੀਬ ਜਿਹੀ ਲੱਗੇ। ਦੇਖੋ ਆਪਾਂ ਨੇ ਕੀ ਕੀਤਾ ਗਾ, ਆਪਾਂ ਆਹ ਸਿਲਾਈ ਲਗਾਉਣੀ ਆ, ਆਪਾਂ ਨੇ ਪੈਰ ਨੂੰ ਚੇਂਜ ਕਰ ਲਿਆ, ਆਪਾਂ ਨੇ ਉਹੀ ਪਹਿਲਾਂ ਵਾਲਾ ਪੈਰ ਚੜਾ ਲਿਆ। ਕਿਉਂਕਿ ਆਪਾਂ ਨੇ ਇੱਥੋਂ ਸਿਰਫ ਆਪਾਂ ਨੂੰ ਜੋ ਜਿੱਪ ਦੇ ਵਿੱਚ ਸਿਲਾਈ ਲਗਾਉਣੀ ਹੁੰਦੀ ਆਪਾਂ ਨੂੰ ਉਦੋਂ ਦੀ ਜ਼ਰੂਰਤ ਹੁੰਦੀ ਹੈਗੀ, ਹੁਣ ਆਪਾਂ ਨੂੰ ਨੋਰਮਲ ਪੈਰ ਦੇ ਨਾਲ ਹੀ ਸਾਰੀ ਜਿੱਪ ਆਪਣੀ ਕਵਰ ਹੋ ਜਾਊਗੀ। ਦੇਖੋ ਆਪਣੇ ਦੋਨੇ ਸਾਈਡਾਂ ਵਾਲੇ ਇਸੇ ਤਰ੍ਹਾਂ ਆਪਾਂ ਨੇ ਸਿਲਾਈ ਲਗਾਉਣੀ ਆ, ਇਸੇ ਤਰ੍ਹਾਂ ਦੂਜੀ ਸਾਈਡ ਤੇ ਲਗਾਵਾਂਗੇ। ਉੱਪਰ ਤੱਕ ਆਪਾਂ ਇਸੇ ਤਰ੍ਹਾਂ ਸਿਲਾਈ ਲਗਾ ਕੇ ਲੈ ਕੇ ਜਾਣੀ ਆ। ਹੁਣ ਦੇਖੋ ਆਪਣੇ ਜਿਹੜਾ ਫਾਲਤੂ ਐਕਸਟਰਾ ਕੱਪੜਾ ਦਿੱਤਾ ਹੋਇਆ ਜੀ, ਆਪਾਂ ਕੀ ਕਰਨੀ ਆ, ਕਟਿੰਗ ਕਰ ਲਾਂਗੇ। ਸਿਰਫ ਆਪਾਂ ਨੇ ਇੰਨਾ ਇੰਨਾ ਕੱਪੜਾ ਰੱਖਣਾ ਹੋਊਗਾ। ਤੁਸੀਂ ਇਹਦੇ ਤੇ ਇੰਟਰਲੋਕ ਵੀ ਕਰ ਸਕਦੇ ਹੋਗੇ, ਇਹਨੂੰ ਗੁੰਮ ਵੀ ਕਰ ਸਕਦੇ ਹੋ, ਸਾਈਡ ਤੋਂ ਬੰਦ ਵੀ ਕਰ ਸਕਦੇ ਹੋ, ਮੰਨ ਲਓ ਇਸ ਤਰ੍ਹਾਂ ਜੀ ਫੋਲਡਿੰਗ ਵੀ ਕਰ ਸਕਦੇ ਹੋਗੇ।
ਆਹ ਚੀਜ਼ ਇਸ ਤਰ੍ਹਾਂ ਤੁਸੀਂ ਸਿਲਾਈ ਗੱਲ ਕਰੇ ਦੇ ਨਾ ਕੀ ਹੋਊਗਾ, ਜ਼ਿਆਦਾਤਰ ਮੋਟੀ ਜੀ ਬਣ ਜਾਂਦੀ ਹੈ ਜਿਪ, ਤਾਂ ਆਪਾਂ ਇਹਦੇ ਇੰਟਰਲੋਕ ਕਰ ਦਾਂਗੇ। ਦੇਖੋ ਕਈ ਵਾਰ ਤਾਂ ਜਿਪ ਤੇ ਤਰਪਾਈ ਵੀ ਕਰ ਦਿੰਦੇ ਨੇ, ਕਈ ਵਾਰ ਆਪਾਂ ਤੋਂ ਬਲ ਪੈ ਜਾਂਦਾ ਉਹ ਪਿੱਛੇ ਬੈਕ ਤੇ ਖਿੱਚ ਜਾ, ਤਰਪਾਈ ਕਰੀ ਹੋਈ ਅੱਛੀ ਨਹੀਂ ਲੱਗਦੀ ਹੈਗੀ, ਆਪਾਂ ਨੂੰ ਤਰਪਾਈ ਵਗੈਰਾ ਕਰਨ ਦੀ ਕੋਈ ਜ਼ਰੂਰਤ ਨਹੀਂ ਇਹਦੇ ਤੇ। ਹੁਣ ਦੇਖੋ ਆਪਣੀ ਆਹ ਜਿਪ ਪ੍ਰੋਪਰ ਰੈਡੀ ਹੋ ਚੁੱਕੀ ਹੈਗੀ। ਹੁਣ ਆਪਾਂ ਨੇ ਕੀ ਕਰਨਾ ਇਹਦੇ ਤੇ, ਜਿਹੜਾ ਆਪਾਂ ਨੇ ਕੱਟ ਲਗਾਇਆ ਸੀ ਉਹਨੂੰ ਆਪਾਂ ਕੱਪੜੇ ਨਾਲ ਫੋਲਡਿੰਗ ਕਰਾਂਗੇ। ਉਹ ਤੁਸੀਂ ਕਿਸ ਤਰ੍ਹਾਂ ਕਰਨਾ, ਆਪਾਂ ਨੇ ਜਿਹੜਾ ਸਿੱਧਾ ਪਾਸਾ ਹੋਊਗਾ ਜਿਪ ਦਾ, ਦੇਖੋ ਉਹਦੇ ਪਾਸੇ ਆਪਾਂ ਨੇ ਇਸ ਤਰ੍ਹਾਂ ਕੱਪੜਾ ਪੀਸ ਰੱਖਣਾ ਹੋਗਾ। ਚੌਰ ਸਕੂੰਜਾ ਬਣਾਉਣ ਵਾਸਤੇ ਆਪਾਂ ਨੂੰ ਇਸ ਤਰ੍ਹਾਂ ਦੇ ਨੀਚੇ ਕੱਪੜਾ ਰੱਖਾਂਗੇ ਆਪਾਂ। ਤੁਸੀਂ ਸੈਂਟਰ ਦੇ ਵਿੱਚ ਰੱਖੋਗੇ, ਇਹਦੇ ਵਿੱਚ ਓਨਾ ਮਾਰਜਨ ਦਿਓਗੇ ਤੁਸੀਂ ਜਿੰਨਾ ਜਿਪ ਨੂੰ ਬਾਹਰੇ ਸ਼ੋਅ ਕਰਨਾ ਹੈਗਾ। ਹੁਣ ਆਪਾਂ ਨੇ ਓਨੀ ਸਿਲਾਈ ਲਗਾਉਣੀ ਹੈ ਜਿੰਨੀ ਆਪਾਂ ਨੂੰ ਜਿਪ ਦੇ ਵਿੱਚ ਬਾਹਰ ਦਿਖਾਉਣੀ ਹੈ। ਮੰਨ ਲਓ ਇੱਥੇ ਆਹ ਜਿੰਨੀ ਸਪੇਸ ਤੁਸੀਂ ਸਾਈਡਾਂ ਤੋਂ ਛੱਡਣੀ ਹੋਊਗੀ, ਆਪਾਂ ਉਸੇ ਹਿਸਾਬ ਦੇ ਨਾਲ ਆਹ ਸਿਲਾਈ ਲਗਾਵਾਂਗੇ ਨਾ। ਹਾਂਜੀ, ਕੋਈ ਇੱਥੇ ਚੌਰਸ ਬਣਾ ਲਾਂਗੇ ਪੂਰਾ ਇਹਨੂੰ। ਆ ਦੇਖੋ ਇੱਥੇ ਆਪਣੇ ਆ ਪੂਰਾ ਚੌਰਸ ਬਣਾ ਲਿਆ। ਹੁਣ ਆਪਾਂ ਇਹਦੇ ਵਿੱਚ ਕੱਟ ਲਗਾਵਾਂਗੇ, ਦੇਖੋ ਨਿਚਲੇ ਕੱਪੜੇ 'ਚ ਵੀ ਲੱਗੂ ਜਿਹੜਾ ਆਪਾਂ ਨੇ ਕੱਪੜਾ ਲਗਾਇਆ, ਤੇ ਕੁੰਜਿਆਂ 'ਤੇ ਵੀ ਕੱਟ ਲਗਾਉਣਾ ਨਾ। ਹੁਣ ਕੀ ਕਰਨਾ ਆਪਾਂ ਨੇ ਇਹਨੂੰ ਇਸ ਤਰ੍ਹਾਂ ਅੰਦਰਲੀ ਸਾਈਡ ਵੱਲ ਲੈ ਜਾਂਗੇ ਜਿਹੜਾ ਆਪਾਂ ਨੇ ਕੱਪੜਾ ਲਗਾਇਆ, ਬਾਹਰੇ ਆਪਾਂ ਨੂੰ ਇਸ ਤਰ੍ਹਾਂ ਫਿਨਿਸ਼ਿੰਗ ਆ ਜੂਗੀ। ਆ ਦੇਖੋ ਆਹ ਚੀਜ਼ ਬਣ ਜੂ ਚੌਰਸ ਬਿਲਕੁਲ। ਇਹਨੂੰ ਤੁਸੀਂ ਪ੍ਰੈਸ ਦੇ ਨਾਲ ਵੀ ਸੈੱਟ ਕਰ ਸਕਦੇ ਹੋ, ਇੱਥੇ ਹਲਕਾ ਜਿਹਾ ਕੋਈ ਕੱਚੀ ਵਗੈਰਾ ਵੀ ਪਾ ਸਕਦੇ ਹੋਗੇ ਤੁਸੀਂ, ਕਿਉਂਕਿ ਆਪਣੀ ਜਿਹੜੇ ਕੱਪੜਾ ਲਗਾਇਆ ਉਹ ਬਾਹਰਲੇ ਪਾਸੇ ਦਿਖਾਈ ਨਾ ਦੇਵੇ। ਆ ਦੇਖੋ ਆਹ ਚੀਜ਼ ਆਪਣੀ ਇਸ ਤਰ੍ਹਾਂ ਆ ਜੂਗੀ ਬਿਲਕੁਲ ਚੌਰਸ। ਹੁਣ ਆਪਾਂ ਉੱਪਰੋਂ ਜਿਪ ਲਾਉਣੀ ਸਟਾਰਟ ਕਰਾਂਗੇ, ਤੁਸੀਂ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਐਂਡ ਤੱਕ। ਸਾਡੀ ਨੂੰ ਆਪਣੇ ਕੋਲ ਜਿਪ ਦਿੱਤੀ ਹੋਈ ਆ। ਹੁਣ ਆਪਾਂ ਨੇ ਦੇਖੋ ਨੀਚੇ ਤੋਂ ਇਹਨੂੰ ਚੌਰਸ ਪੀਸ ਰੱਖ ਕੇ ਆਪਾਂ ਨੇ ਉਲਟਾ ਲਿਆ। ਹੁਣ ਆਪਾਂ ਨੇ ਦੇਖੋ ਇਹਦੀ ਇੰਨੀ ਫੋਲਡਿੰਗ ਕਰਨੀ ਆ ਜਿੰਨੀ ਆਪਣੀ ਇਧਰਲੀ ਸਾਈਡ ਤੋਂ ਵਿੱਚ ਦਿੱਤੀ ਹੋਈ ਆ। ਦੇਖੋ ਆਹ ਚੀਜ਼ ਇਸ ਤਰ੍ਹਾਂ। ਹੁਣ ਕੀ ਕਰਨੀ ਆ ਆਪਾਂ ਨੇ, ਇੰਨੀ ਨੀ ਆਪਾਂ ਨੇ ਜਿਪ ਦਿਖਾਉਣੀ ਆ। ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਜਿਪ ਲਾਉਣ ਦਾ ਅਸੀਂ ਆਈਡੀਆ ਦੇ ਰਹੇ ਹਾਂ ਇਹ, ਕਿ ਤੁਸੀਂ ਆਸਾਨੀ ਦੇ ਨਾਲ ਜਿਪ ਲਗਾ ਸਕਦੇ ਹੋਗੇ। ਬਸ ਇਸ ਤਰ੍ਹਾਂ ਆਪਣੇ ਫੋਲਡਿੰਗ, ਨਾ ਹੀ ਆਹ ਚੀਜ਼ ਖਿੱਚਣੀ ਹੈ ਅਤੇ ਨਾ ਹੀ ਆਪਾਂ ਨੀਚੇ ਵੱਲ ਨੂੰ ਖਿੱਚ ਕੇ ਲੈ ਕੇ ਜਾਣਾ, ਬਿਲਕੁਲ ਤੁਸੀਂ ਨੋਰਮਲ ਹੱਥ ਦੇ ਨਾਲ ਲੈ ਕੇ ਜਾਓਗੇ। ਇੱਕ ਵਾਰ ਜਿਪ ਨੂੰ ਦੇਖੋ ਨੀਚੇ ਕਰ ਲਓਗੇ, ਕਿਉਂਕਿ ਇਹਦੇ ਵਿੱਚ ਲੋਕ ਹੁੰਦਾ ਗਾ, ਕਈ ਵਾਰੀ ਆਪਣੇ ਸੂਈ ਟੁੱਟਣ ਦਾ ਡਰ ਰਹਿੰਦਾ ਵੀ ਪੈਰ ਇੰਨਾ ਉੱਪਰ ਨਹੀਂ ਚੜਦਾ ਹੈਗਾ, ਤਾਂ ਤੁਸੀਂ ਫਿਰ ਆਪਾਂ ਪੈਰ ਉਠਾ ਕੇ ਮਸ਼ੀਨ ਦਾ ਕੀ ਕਰੋਗੇ, ਜਿਪ ਨੂੰ ਅੱਗੇ ਵੱਲ ਨੂੰ ਲੈ ਜਾਓਗੇ ਇਸ ਤਰ੍ਹਾਂ। ਇਹ ਜਿਪ ਦੇ ਵਿੱਚ ਧਾਗਾ ਵਗੈਰਾ ਬਿਲਕੁਲ ਵੀ ਲੱਗਣਾ ਨਹੀਂ ਚਾਹੀਦਾ, ਜੇ ਬਾਈ ਚਾਂਸ ਇਹਦੇ ਵਿੱਚ ਕੋਈ ਧਾਗਾ ਲੱਗ ਗਿਆ ਤਾਂ ਤੁਹਾਡੀ ਜਿਪ ਉੱਥੇ ਹੀ ਰੁਕ ਜੂਗੀ, ਜਿਪ ਨੇ ਅੱਗੇ ਪਿੱਛੇ ਹੋਣਾ ਨਹੀਂ ਹੈਗਾ। ਆਪਾਂ ਸਾਰੀ ਜਿਪ ਨੂੰ ਇਸੇ ਤਰ੍ਹਾਂ ਇੱਕੋ ਜਿਹੀ ਸਪੇਸ ਦੇ ਨਾਲ ਚੱਲਣਾ ਹੈਗਾ। ਹੁਣ ਦੇਖੋ ਆਪਣੇ ਪਿੱਛੇ ਚੌਰਸੇ ਦਾ ਖੁੰਜਾ ਬਣਾਉਣਾ ਹੈਗਾ, ਉਹ ਆਪਾਂ ਨੇ ਓਨਾ ਹੀ ਬਣਾਉਣਾ ਜਿੰਨਾ ਆਪਣੇ ਇਹਦੇ ਵਿੱਚ ਦਬਾ ਦਿੱਤਾ ਹੋਇਆ ਸੀ ਦੋਨੋਂ ਸਾਈਡਾਂ ਤੋਂ, ਬਿਲਕੁਲ ਚੌਰਸ ਪੀਸ ਤਿਆਰ ਹੋ ਜਾਊਗਾ ਆਪਣਾ ਪਿੱਛੇ ਤੋਂ ਬਣ ਕੇ। ਹੁਣ ਆਪਾਂ ਨੇ ਇੱਧਰ ਵੱਲ ਨੂੰ ਮੋੜ ਲੈਣਾ, ਬਸ ਆਪਣੀ ਆ ਨਾਮਣੀ ਨੀਚੇ ਦਿਖਾਈ ਦੇਣੀ ਚਾਹੀਦੀ ਜਿਹੜੀ ਆਪਾਂ ਲੀਨ ਦੇ ਨਾਲ ਟਾਈ ਆ, ਕਿਉਂਕਿ ਉਹਦੇ ਨਾਲ ਫਿਰ ਫਿਨਿਸ਼ਿੰਗ ਨਹੀਂ ਆਉਂਦੀ ਜੇ ਆਪਣੀ ਉਹ ਚੀਜ਼ ਬਾਹਰੇ ਵੱਲ ਦਿਸਦੀ ਰਹੇ। ਦੋਨੋਂ ਸਾਈਡਾਂ ਤੋਂ ਇੱਕੋ ਜਿਹੀ ਸਪੇਸ ਦੇਣੀ ਹੈਗੀ, ਘੱਟ ਵੱਧ ਨਹੀਂ ਹੋਣਾ ਚਾਹੀਦਾ ਕੱਪੜਾ। ਜਿਵੇਂ ਆਪਾਂ ਜਿਪ ਲਗਾ ਰਹੇ ਹਾਂ, ਕਈ ਵਾਰੀ ਕੀ ਕਰਦੀਆਂ ਨੇ ਲੇਡੀਜ਼ ਇੱਧਰ ਸਾਈਡ ਤੇ ਇੱਧਰ ਕੱਪੜਾ ਛੱਡ ਦਿੰਦੀਆਂ ਨੇ, ਸਿਰੇ ਤੇ ਸਿਲਾਈ ਨਹੀਂ ਲਗਾਉਂਦੀਆਂ,
ਪਰ ਆਪਾਂ ਨੂੰ ਜਿੱਪ ਲਾਉਣ ਵਾਸਤੇ ਦੇਖੋ ਸਿਰੇ ਤੇ ਸਿਲਾਈ ਲਗਾਉਣੀ ਹੀ ਬੈਸਟ ਰਹੂਗੀ, ਕਿਉਂਕਿ ਉਹਦੇ ਨਾਲ ਸਫਾਈ ਆਊਗੀ। ਦੇਖੋ ਸਾਰੀ ਜਿੱਪ ਪ੍ਰੋਪਰ ਆਪਣੀ ਸਿਰੇ ਤੇ ਸਿਲਾਈ ਲੱਗੀ ਹੋਈ ਆ। ਇਸੇ ਤਰ੍ਹਾਂ ਆਪਾਂ ਲੋਕ ਨੂੰ ਫਿਰ ਪਿੱਛੇ ਵੱਲ ਲੈ ਜਾਵਾਂਗੇ, ਪੈਰ ਨੂੰ ਚੱਕ ਕੇ ਆਪਾਂ ਪਿੱਛੇ ਵੱਲ ਲੈ ਜਾਵਾਂਗੇ। ਦੇਖੋ ਇਹ ਆਪਣੀ ਪੂਰੀ ਪ੍ਰੋਪਰ ਜਿੱਪ ਲੱਗ ਚੁੱਕੀ ਆ, ਇਹਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਆਪਾਂ ਨੂੰ ਬੰਦ ਕਰਨ ਦੇ ਵਿੱਚ, ਨਾ ਹੀ ਕੋਈ ਆਪਣਾ ਕੱਪੜਾ ਫਸ ਰਿਹਾ, ਆਪਾਂ ਨੂੰ ਜਿੱਪ ਦਿਸ ਨਹੀਂ ਰਹੀ, ਸਿਰਫ ਇਕੱਲਾ ਲੋਕ ਹੀ ਨਜ਼ਰ ਆ ਰਿਹਾ। ਦੇਖੋ ਹੁਣ ਆਪਾਂ ਇਹਦੇ ਤੇ ਕੀ ਕਰਾਂਗੇ, ਪਿੱਛੇ ਲੀਰ ਲਗਾ ਦਾਂਗੇ, ਜਿਵੇਂ ਆਪਾਂ ਅੰਦਰ ਮੁੜਵੀ ਲੀਰ ਲਗਾਉਣੇ ਹੁੰਦੇ। ਦੇਖੋ ਇਹਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ, ਇੱਥੋਂ ਆਪਣੀ ਪ੍ਰੋਪਰ ਜਿਸ ਤਰ੍ਹਾਂ ਨੈਕ ਬਣਿਆ ਹੋਇਆ ਉਸ ਹਿਸਾਬ ਨਾਲ ਜਿੱਪ ਲੱਗ ਜੂਗੀ, ਇੱਥੇ ਤੱਕ ਇਸ ਤਰ੍ਹਾਂ ਕਵਰ ਹੋ ਜੂਗੀ। ਦੇਖੋ ਆਹ ਆਪਣੇ ਰੇਵ ਲੀਰ ਕੱਟੀ ਹੈਗੀ ਕੱਪੜੇ ਦੀ, ਹੁਣ ਆਪਾਂ ਇਹਦੇ ਲੀਰ ਲਗਾ ਰਹੇ ਹਾਂ। ਦੇਖੋ ਤੁਹਾਨੂੰ ਆਪਾਂ ਜਿੱਪ ਕੋਲ ਦੱਸਾਂਗੇ ਵੀ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਜੇ ਆਪਾਂ ਇਸ ਤਰੀਕੇ ਦੇ ਨਾਲ ਉੱਪਰੋਂ ਲੋਕ ਕਰ ਦਾਂਗੇ ਕੱਪੜੇ ਨੂੰ। ਦੇਖੋ ਇੱਥੇ ਕੋਈ ਉੱਚਾ ਨੀਵਾਂ ਨਹੀਂ ਹੈਗਾ, ਕੁਛ ਨਹੀਂ ਹੈਗਾ, ਨੋਰਮਲ ਜਿੱਪ ਆ ਦੇਖੋ ਆਪਣੀ। ਕਈ ਵਾਰ ਆਪਾਂ ਜਦੋਂ ਜਿੱਪ ਉੱਪਰੋਂ ਬੰਦ ਨਹੀਂ ਕਰਦੇ ਤਾਂ ਇਸ ਤਰ੍ਹਾਂ ਉੱਪਰ ਤੱਕ ਛੱਡ ਲੈਂਦੇ ਹਾਂ, ਉਹ ਆਪਾਂ ਨੂੰ ਗਲੇ ਦੇ ਲੀਰ ਲਾਉਣ ਵੇਲੇ ਵੀ ਪ੍ਰੋਬਲਮ ਆਉਂਦੀ ਹੈ ਅਤੇ ਤਰਪਾਈ ਵੇਲੇ ਵੀ ਆਉਂਦੀ ਹੈ। ਉਹਦੇ ਨਾਲ ਇੱਥੋਂ ਆਹ ਚੀਜ਼ ਮੋਟੀ ਮੋਟੀ ਦੀ ਬਣ ਜਾਂਦੀ ਹੈ, ਇਹਦੇ ਨਾਲ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਜੇ ਤੁਸੀਂ ਜਿੱਪ ਨੂੰ ਇਸ ਤਰ੍ਹਾਂ ਉੱਪਰੋਂ ਬੰਦ ਕਰੋਗੇ। ਤੁਸੀਂ ਜਦੋਂ ਵੀ ਕੋਈ ਜਿੱਪ ਲਗਾਉਣ ਵਾਲਾ ਸੂਟ ਬਣਾ ਰਹੋਗੇ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਜਿੱਪ ਲਗਾਇਓ, ਬਹੁਤ ਹੀ ਸੋਹਣੀ ਫਿਨਿਸ਼ਿੰਗ ਆਊਗੀ ਜੀ। ਆਪਾਂ ਦੇਖੋ ਆਹ ਇੱਥੋਂ ਕੱਟ ਕਰ ਦਾਂਗੇ, ਜਿਹੜੀ ਆਪਣੀ ਗਲਾਈ ਦਿੱਤੀ ਹੋਊਗੀ ਇਹਦੇ ਵਿੱਚ ਆਪਾਂ ਨੇ ਕੱਟ ਲਗਾ ਦੇਣੇ ਆ। ਆਹ ਗਲਾਈ ਦਿੱਤੀ ਹੋਈ ਦੇਖੋ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਕੱਟ ਲਗਾ ਦਾਂਗੇ। ਇਸੇ ਤਰ੍ਹਾਂ ਆਪਾਂ ਇਸ ਸਾਈਡ ਵੱਲ ਵੀ ਹੁਣ ਆਪਾਂ ਨੇ ਇਸ ਤਰ੍ਹਾਂ ਕਰਕੇ ਇਹਦੇ ਸਿਲਾਈ ਲਗਾ ਦਾਂਗੇ। ਆਪਾਂ ਨੇ ਇਹ ਬਟਾ ਇਹਦਾ ਲਗਾਉਣਾ ਹੋਵੇ ਸੈਂਟਰ ਦੇ ਵਿੱਚ ਲਗਾਵਾਂਗੇ, ਆਪਾਂ ਸਿਰੇ ਤੇ ਨਹੀਂ ਲਗਾਉਂਦੇ ਨਾ ਉੱਧਰਲੀ ਸਾਈਡ, ਕਿਉਂਕਿ ਜਿਹੜਾ ਆਪਣਾ ਵਿੱਚ ਮਾਰਜਨ ਦਿੱਤਾ ਹੁੰਦਾ ਉਹ ਚੰਗੀ ਤਰ੍ਹਾਂ ਵਿੱਚ ਦਬ ਜਾਂਦਾ ਗਾ। ਇਸ ਤਰ੍ਹਾਂ ਤੁਸੀਂ ਸੈਂਟਰ ਦੇ ਵਿੱਚ ਹੀ ਸਿਲਾਈ ਲਗਾਉਣੀ ਹੈ। ਦੇਖੋ ਕਈ ਵਾਰ ਤਾਂ ਆਪਾਂ ਇੱਧਰਲੀ ਸਾਈਡ ਲਗਾ ਲੈਂਦੇ ਹਾਂ, ਕਈ ਵਾਰ ਇਸ ਸਾਈਡ 'ਤੇ ਲਗਾ ਲੈਂਦੇ ਹਾਂ। ਜੇ ਆਪਾਂ ਸੈਂਟਰ ਦੇ ਵਿੱਚ ਲਾਵਾਂਗੇ ਤਾਂ ਲੀਰ ਜਦੋਂ ਆਪਾਂ ਤਰਪਾਈ ਵਗੈਰਾ ਕਰਨੀ ਹੋਊਗੀ ਤਾਂ ਬਹੁਤ ਸਫਾਈ ਨਾਲ ਆਪਣੀ ਤਰਪਾਈ ਹੁੰਦੀ ਹੈ, ਕੋਈ ਵੀ ਬਲ ਵਗੈਰਾ ਕੁਛ ਨਹੀਂ ਪੈਂਦਾ ਇਹਦੇ ਵਿੱਚ, ਅਤੇ ਨਾ ਹੀ ਆਪਣਾ ਜਿਹੜਾ ਲੀਰ ਵਾਲਾ ਕੱਪੜਾ ਉਹ ਬਾਹਰਲੀ ਸਾਈਡ ਨਜ਼ਰ ਆਊਗਾ। ਤੁਸੀਂ ਇਸ ਤਰੀਕੇ ਦੇ ਨਾਲ ਲੀਰ ਨੂੰ ਲਗਾਉਣਾ ਹੈ। ਤੁਸੀਂ ਆਪਣੀ ਗਲੇ ਦੀ ਵੀਡੀਓ ਦੇਖੋ, ਉੱਪਰੋਂ ਆਪਣੇ ਪਿੱਛੇ ਬੈਗ ਲੀਰ ਲਾਉਣ ਦਾ ਤਰੀਕਾ ਦੱਸਿਆ ਅਤੇ ਪ੍ਰੋਪਰ ਇੱਕ ਆਪਾਂ ਜਿੱਪ ਲਾਉਣ ਬਾਰੇ ਦੱਸਿਆ। ਦੇਖੋ ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਜਿੱਪ ਲਾਉਣੀ ਦੱਸੀ ਆ ਅਸੀਂ ਨੇ।